ਮੈਟਰ ਨੇ ਦੱਸਣਾ ਗਵਰਨਮੈਂਟ ਆਈਡੀਐਸ ਦੁਆਰਾ ਮਸ਼ੀਨਰ ਇੰਸਟ੍ਰਕਟਰ ਅੱਜ ਤੁਹਾਨੂੰ ਸਿਲੰਡਰੀਕਲ ਗ੍ਰਾਈਂਡਿੰਗ ਦੀ ਬਾਰੇ ਪ੍ਰੈਕਟੀਕਲ ਬਾਰੇ ਦੱਸੂੰਗਾ ਅੱਜ ਮੈਂ ਤਾਂ ਪਹਿਲਾਂ ਮਸ਼ੀਨ ਦਾ ਭਾਣਾ ਇਹ ਸਿਲੰਡਰੀਕਲ ਗ੍ਰਾਈਂਡਿੰਗ ਮਸ਼ੀਨ ਹੈ ਇਹਦਾ ਸਭ ਤੋਂ ਪਹਿਲਾਂ ਬੇਸ ਇਹਦੇ ਪਾਰਟ ਬੇਸ ਜਿਹਦੇ ਉੱਤੇ ਮਸ਼ੀਨ ਦਾ ਸਾਰਾ ਸਟਰਕਚਰ ਟਿਕਿਆ ਆ ਉਸ ਤੋਂ ਬਾਅਦ ਇਹਦਾ ਕੈਰੇਜ 'ਤੇ ਦੋ ਹੈਂਡ ਵੀਲ ਆ ਇੱਕ 'ਤੇ ਦੋ ਇੱਕ ਹੈਂਡ ਵੀਲ ਤੋਂ ਆਪਾਂ ਜਿਹੜੀ ਮੂਵਮੈਂਟ ਆ ਗ੍ਰਾਈਂਡਿੰਗ ਵੀਲ ਨੂੰ ਜੋ ਇਹਦਾ ਕਟਿੰਗ ਟੂਲ ਆ ਉਹਨੂੰ ਦਿੰਦੇ ਹਾਂ ਦੂਸਰਾ ਜਿਹੜਾ ਹੈਂਡ ਵੀਲ ਆ ਉਹਦੇ ਨਾਲ ਇਹ ਮਸ਼ੀਨ ਦਾ ਟੇਬਲ ਆ ਅਪਰ ਅਤੇ ਲੋਅਰ ਪਾਰਟ ਆ ਇਹਦੇ ਇਹਦੀ ਮੂਵਮੈਂਟ ਅਲੋਂਗ ਦਾ ਲੈਂਥ ਆਪਾਂ ਇਹਨੂੰ ਘੁਮਾ ਸਕਦੇ ਹਾਂ ਠੀਕ ਹੈ ਜੀ ਉਹ ਆਪਣੇ ਪੀਸ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਇਹਦਾ ਕੰਟਰੋਲ ਪੈਨਲ ਆ ਇਹਦੇ ਉੱਤੇ ਗ੍ਰੀਨ ਰੈੱਡ ਅਤੇ ਇਸ ਤੋਂ ਇਲਾਵਾ ਕੂਲਰ ਦਾ ਵੀ ਸਵਿੱਚ ਲੱਗਾ ਆ ਗ੍ਰੀਨ ਬਟਨ ਦੇ ਨਾਲ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ ਮਸ਼ੀਨ ਨੂੰ ਰੈੱਡ ਦੇ ਨਾਲ ਬੰਦ ਕਰ ਸਕਦੇ ਅਤੇ ਕੂਲਰ ਦੇ ਨਾਲ ਕੂਲਰ ਨੂੰ ਔਨ ਕਰਨ ਦੇ ਲਈ ਵੀ ਸਵਿੱਚ ਲੱਗਾ ਆ ਕੂਲਰ ਨੂੰ ਚਲਾ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਐਮਰਜੈਂਸੀ ਸਟੋਪ ਬਟਨ ਆ ਰੈੱਡ ਕਲਰ ਦਾ ਹੇਠਾਂ ਇਹਦੇ ਨਾਲ ਕੀ ਹੈ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਪਾਂ ਮਸ਼ੀਨ ਨੂੰ ਬੰਦ ਵੀ ਕਰ ਸਕਦੇ ਹਾਂ ਠੀਕ ਹੈ ਜੀ ਆਹ ਮੇਰੇ ਸਪਰੇ ਆ ਤਾਂ ਕਿ ਜਿਹੜਾ ਇਹਦਾ ਅਬਰੈਸਿਵ ਆ ਮਟੀਰੀਅਲ ਉਹ ਆਪਣੇ ਦੇ ਉੱਪਰ ਨਾ ਆਵੇ ਸੇਫਟੀ ਕਵਰ ਦੀ ਤਰ੍ਹਾਂ ਕੰਮ ਕਰਦਾ ਇਹ ਇਹਦਾ ਹੈਡ ਸਟੋਕ ਆ ਇਹ ਟੇਲ ਸਟੋਕ ਆ ਇੱਦਾਂ ਹੈਡ ਸਟੋਕ ਦੇ ਵਿੱਚ ਆਪਾਂ ਫੇਸ ਪਲੇਟ ਦੇ ਅੱਗੇ ਸੈਂਟਰ ਲਾਇਆ ਆ ਸੈਂਟਰ ਕਾਹਦੇ ਵਾਸਤੇ ਆ ਦੋਨੇ ਸੈਂਟਰ ਦੇ ਵਿੱਚ ਘਰ ਆਪਾਂ ਜੋਬ ਹੋਲਡ ਕਰ ਸਕਦੇ ਇਹਦੀ ਕੋਈ ਨਾ ਕੋਈ ਲਿਮਿਟ ਆ ਜਿੰਨੀ ਵੀ ਇਹਦੀ ਟੇਬਲ ਦੀ ਲਿਮਿਟ ਆ ਉਹਦੇ ਅਨੁਸਾਰ ਹੀ ਆਪਾਂ ਇਹਦੇ ਵਿੱਚ ਵਰਕ ਪੀਸ ਨੂੰ ਹੋਲਡ ਕਰ ਸਕਦੇ ਇਹ ਟੇਲ ਸਟੋਕ ਆ ਇਹਨੂੰ ਆਪਾਂ ਆਹ ਹੈਂਡਲ ਦੀ ਸਹਾਇਤਾ ਦੇ ਨਾਲ ਵਰਕ ਪੀਸ ਨੂੰ ਆਪਾਂ ਲੂਜ ਜਾਂ ਫਿਰ ਹੋਲਡ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਹਦਾ ਜਿਹੜਾ ਮੇਨ ਹੈਗਾ ਗ੍ਰਾਈਂਡਿੰਗ ਟੂਲ ਆ ਜਿਹਨੂੰ ਆਪਾਂ ਅਬਰੇਸਿਵ ਗ੍ਰਾਈਂਡਿੰਗ ਵੀਲ ਕਹਿੰਦੇ ਹਾਂ ਇਹਦੇ ਨਾਲ ਹੀ ਇੱਥੇ ਕਟਿੰਗ ਐਕਸ਼ਨ ਹੁੰਦਾ ਆ ਇਹ ਮੋਟਰ ਦੀ ਸਹਾਇਤਾ ਦੇ ਨਾਲ ਆਹ ਦੇਖੋ ਚੱਲਦਾ ਪਿਆ ਇਸ ਟਾਈਮ ਇਹਦੇ ਨਾਲ ਹੀ ਇਹ ਜਿਹੜਾ ਮੂਵਮੈਂਟ ਆ ਇਹਨੂੰ ਮਿਲਦੀ ਆ ਅਤੇ ਜਿਹੜੀ ਹੈਡ ਸਟੋਕ ਨੂੰ ਮੂਵਮੈਂਟ ਆ ਉਹ ਆਹਲੀ ਮੋਟਰ ਦੇ ਨਾਲ ਪੂਰੀ ਸਿਸਟਮ ਲੱਗਾ ਆ ਇਹਦੇ ਨਾਲ ਮਿਲਦੀ ਆ ਹੋਰ ਮੈਂ ਤੁਹਾਨੂੰ ਪਾਰਟ ਇਹਦਾ ਇੱਕ ਦਿਖਾਉਂਦਾ ਜਿਹੜਾ ਇੱਧਰ ਸੰਪ ਆ ਕੂਲੈਂਟ ਇਹਦੇ ਵਿੱਚ ਪਾਇਆ ਜਾਂਦਾ ਉੱਪਰ ਇੱਕ ਪੰਪ ਲੱਗਾ ਪੰਪ ਦੀ ਸਹਾਇਤਾ ਦੇ ਨਾਲ ਇਹ ਪ੍ਰੈਸ਼ਰ ਦੇ ਨਾਲ ਕੂਲੈਂਟ ਆ ਜਿਹੜਾ ਉਹ ਜਾਂਦਾ ਆ ਜਦੋਂ ਅਬਰੈਸਿਵ ਐਕਸ਼ਨ ਹੁੰਦਾ ਕਟਿੰਗ ਵੀਲ ਆਪਣਾ ਜਿਹੜਾ ਅਬਰੈਸਿਵ ਗ੍ਰਾਈਂਡਿੰਗ ਵੀਲ ਆ ਇਹਨੂੰ ਕੱਟਦਾ ਮਟੀਰੀਅਲ ਨੂੰ ਅਤੇ ਜਿਹੜਾ ਕੂਲੈਂਟ ਆ ਆਪਣੇ ਨਾਲ ਹੀ ਅਬਰੈਸਿਵ ਪਾਰਟਸ ਨੂੰ ਜੋ ਵੀ ਉਹਦਾ ਬੂਰਾ ਹੁੰਦਾ ਉਹਨੂੰ ਲੈ ਆਉਂਦਾ ਉਹ ਆਹ ਟ੍ਰੇ ਦੇ ਵਿੱਚ ਡਿੱਗਦਾ ਰਹਿੰਦਾ ਜਿਹੜਾ ਕੂਲੈਂਟ ਆ ਸਾਫ਼ ਹੋ ਕੇ ਆ ਜਾਲੀ ਲੱਗੀ ਇੱਥੇ ਇਹਦੇ ਵਿੱਚੋਂ ਦੀ ਜਾ ਕੇ ਫਿਰ ਇਹਦੇ ਵਿੱਚ ਡਰੇਨ ਹੋ ਜਾਂਦਾ ਆ ਅਤੇ ਇਹੀ ਆਪਾਂ ਰੀਸਾਈਕਲ ਕਰ ਸਕਦੇ ਕਟਿੰਗ ਫਲੂਡ ਨੂੰ ਉਸ ਤੋਂ ਇਲਾਵਾ ਆ ਜਾਂਦੇ ਤੁਹਾਨੂੰ ਇਹਦੇ ਬਾਰੇ ਪ੍ਰੈਕਟੀਕਲ ਆ ਆਪਣਾ ਪਾਰਟ ਆ ਜਿਹਨੂੰ ਆਪਾਂ ਗ੍ਰਾਈਂਡ ਕਰਨਾ ਹੁੰਦਾ ਠੀਕ ਹੈ ਜੀ ਅਤੇ ਇਹਨੂੰ ਆਪਾਂ ਇਹਦੇ ਵਿੱਚ ਹੋਲਡ ਕਰ ਸਕਦੇ ਦੋ ਤਰ੍ਹਾਂ ਦੀ ਗ੍ਰਾਈਂਡਿੰਗ ਇੱਥੇ ਹੋ ਸਕਦੀ ਹੈ ਜਿਹੜੀ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਇੱਕ ਟ੍ਰਾਂਸਵਰ ਅਤੇ ਦੂਸਰੀ ਪਲੰਜ ਗ੍ਰਾਈਂਡਿੰਗ ਟ੍ਰਾਂਸਵਰਸ ਗ੍ਰਾਈਂਡਿੰਗ ਕੀ ਹੁੰਦੀ ਹੈ ਜਿਹਦੇ ਵਿੱਚ ਵਰਕ ਪੀਸ ਦਾ ਜਿਹੜਾ ਸਾਈਜ਼ ਹੈ ਜਿੱਦਾਂ ਆਪਣਾ ਵਰਕ ਪੀਸ ਆਹ ਗ੍ਰਾਈਂਡਿੰਗ ਵੀਲ ਦੇ ਵਿਡਥ ਤੋਂ ਜ਼ਿਆਦਾ ਆ ਅਤੇ ਇਹਨੂੰ ਆਪਾਂ ਕਹਾਂਗੇ ਜਿਹੜੀ ਇੱਥੇ ਗ੍ਰਾਈਂਡਿੰਗ ਕੀ ਹੈ ਇਸ 'ਚ ਆਪਾਂ ਨੂੰ ਟੇਬਲ ਨੂੰ ਮੂਵਮੈਂਟ ਕਰਨੀ ਪੈਣੀ ਹੈ ਟੇਬਲ ਦੀ ਉਹਦੇ ਨਾਲ ਕੀ ਹੋਣਾ ਆ ਇਸ ਚੀਜ਼ ਨੂੰ ਆਪਾਂ ਟ੍ਰਾਂਸਵਰਸ ਗ੍ਰਾਈਂਡਿੰਗ ਕਰਨਾ ਕਹਿੰਦੇ ਹਾਂ ਜਿਹਦੇ ਵਿੱਚ ਜਿਹੜੀ ਵਰਕ ਪੀਸ ਦੀ ਜਿਹੜੀ ਲੈਂਥ ਆ ਉਹ ਆਪਣੇ ਕਟਿੰਗ ਟੂਲ ਗ੍ਰਾਈਂਡਿੰਗ ਵੀਲ ਦੇ ਵਿਡਥ ਤੋਂ ਜ਼ਿਆਦਾ ਹੋਵੇ ਅਤੇ ਜੇ ਇਸ ਤੋਂ ਘੱਟ ਹੋਵੇ ਮੰਨ ਲਓ ਸਿਰਫ ਇੰਨਾ ਕੁ ਪੀਸ ਆ ਤਾਂ ਤੁਸੀਂ ਆਪਣੀ ਸਹਿਣੀ ਆਪਾਂ ਕੋਈ ਵੀ ਆਪ ਜਾਂ ਮੰਨ ਲਓ ਗ੍ਰਾਈਂਡਿੰਗ ਵੀਲ ਤੋਂ ਜੇ ਵਿਡਥ ਘੱਟ ਹੋਊਗੀ ਇਹਦੀ ਚੀਜ਼ ਦੀ ਤਾਂ ਉਸ ਕੇਸ 'ਚ ਆਪਾਂ ਇਹਨੂੰ ਪਲੰਜ ਗ੍ਰਾਈਂਡਿੰਗ ਕਹਿੰਦੇ ਹਾਂ ਠੀਕ ਹੈ ਦੋਨੇ ਪ੍ਰੋਸੈਸ ਹੋ ਸਕਦੇ ਮੈਂ ਹੁਣ ਤੁਹਾਨੂੰ ਪ੍ਰੈਕਟੀਕਲੀ ਇਹ ਹੋਲਡ ਕਰਕੇ ਅਤੇ ਹੋਲਡ ਕਰਨ ਲਈ ਆਪਣੇ ਕੋਲ ਹੋਲਡ ਕਰਨ ਵਾਸਤੇ ਐਲ ਪੀ ਆ ਇਹਨੂੰ ਆਪਾਂ ਡੋਗ ਕੈਰੀਅਰ ਦੀ ਸਹਾਇਤਾ ਦੇ ਨਾਲ ਆ ਦੇਖੋ ਡੋਗ ਕੈਰੀਅਰ ਇਹਦੇ ਵਿੱਚ ਪੀਸ ਨੂੰ ਹੋਲਡ ਕਰ ਸਕਦੇ ਇਹਨੂੰ ਕੱਸ ਦੇਣਾ ਆਪਾਂ ਠੀਕ ਹੈ ਜੀ ਕੱਸੇ ਹੋਏ ਪੀਸ ਨੂੰ ਇਹਦੇ ਵਿੱਚ ਹੋਲਡ ਕਰ ਸਕਦੇ ਹੁਣ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾਉਂਦਾ ਹੈ ਕਰਕੇ ਇਹਦਾ ਮੈਂ ਤੁਹਾਨੂੰ ਇਹਦੇ ਸਵਿੱਚ ਦੱਸਦਾ ਹਾਂ ਸਭ ਤੋਂ ਪਹਿਲਾਂ ਇਹਦਾ ਗ੍ਰੀਨ ਸਵਿੱਚ ਹੈ ਜਿਹਦੇ ਨਾਲ ਇਹ ਮੂਵ ਕਰੂਗਾ ਪੀਸ ਆਹ ਦੇਖੋ ਚੱਲ ਰਿਹਾ ਇਸ ਤੋਂ ਇਲਾਵਾ ਗ੍ਰਾਈਂਡਿੰਗ ਵੀਲ ਦੇ ਥੱਲੇ ਗ੍ਰੀਨ ਬਟਨ ਆ ਅਤੇ ਕੂਲੈਂਟ ਆਪਾਂ ਔਨ ਕਰ ਲੈਣਾ ਆਹ ਦੇਖੋ ਕੂਲੈਂਟ ਔਨ ਹੋ ਗਿਆ ਪੰਪ ਦੇ ਨਾਲ ਕੂਲੈਂਟ ਔਫ ਹੁਣ ਆਪਾਂ ਗ੍ਰਾਈਂਡਿੰਗ ਵੀਲ ਨੂੰ ਚਲਾਵਾਂਗੇ ਇਹਨੂੰ ਮਸ਼ੀਨ ਨੇ ਬੰਦ ਕੀਤਾ ਹੁਣ ਮੈਂ ਤੁਹਾਨੂੰ ਗ੍ਰਾਈਂਡਿੰਗ ਵੀਲ ਵੀ ਚਲਾਉਣਾ ਦੱਸਦਾ ਠੀਕ ਹੈ
ਗ੍ਰਾਈਂਡਿੰਗ ਵੀਲ ਵੀ ਚੱਲ ਰਿਹਾ ਆ। ਹੁਣ ਇਹਨੂੰ ਆਪਾਂ ਇਹਦੇ ਨੇੜੇ ਲੈ ਕੇ ਜਾਣਾ ਤੇ ਆਪਰੇਸ਼ਨ ਹੁੰਦਾ ਮੈਂ ਤੁਹਾਨੂੰ ਦਿਖਾਉਣਾ। ਆਪਾਂ ਇਹਨੂੰ ਹੌਲੀ ਹੌਲੀ ਵੀਲ ਨੂੰ ਲਾਗੇ ਲੈ ਕੇ ਜਾਣਾ। ਦੇਖੋ ਹੁਣ ਇਹ ਪੀਸ ਨੂੰ ਵਰਕ ਕਰ ਰਹੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ।